हालेलुया जय मसीह दी प्रभु यीशु मसीह विच तुहाडी सलामती होवे और खुदावंद यीशु मसीह दा धन्नवाद है कि प्रभु यीशु मसीह ने मौका दित्ता वी असीं खुदावंद यीशु मसीह दे नाम नूं जलाल दे सकीए। जिस तरह तुहानूं पता कि अज वैलेंटाइन डे आ और मैं दसना चाहुंदा वी इह दुनियावी प्यार जिहड़ा वा इक सिर्फ धोखेदारी वाली है, शैतान वाला प्यार है। असली प्यार यीशु मसीह दा वा, जिस तरह यूहन्ना दी अंजील तीसरा भाग दी 16 असीं पढ़दे हां, खुदावंद दे कलाम दे विच लिख्या, परमेश्वर ने जगत नाल अजिहा प्यार कीता, उहने अपना इकलौता पुत्तर दे दित्ता ਤਾਂ ਜੋ ਜਿਹੜਾ ਉਹਦੇ ਉੱਤੇ ਵਿਸ਼ਵਾਸ ਕਰੇ ਨਾਸ ਨਾ ਹੋਵੇ ਸਦੀਪਕ ਜੀਵਨ ਪਾਵੇ। ਮਤਲਬ ਕਿ ਅਸਲੀ ਪਿਆਰ, ਅਸਲੀ ਇਸ਼ਕ, ਅਸਲੀ ਲਵ ਯਿਸੂ ਮਸੀਹ ਨੇ ਕੀਤਾ। ਇੱਦਾਂ ਦਾ ਪਿਆਰ ਕੀਤਾ ਪਰਮੇਸ਼ਵਰ ਨੇ, ਪਰਮੇਸ਼ਵਰ ਨੇ ਆਪਣੇ ਬੇਟੇ ਨੂੰ ਸਵਰਗ ਦੇ ਵਿੱਚੋਂ ਧਰਤੀ ਉੱਤੇ ਭੇਜ ਦਿੱਤਾ ਵੀ ਅਸੀਂ ਖੁਦਾਵੰਦ ਦੇ ਲਈ, ਅਸੀਂ ਪਰਮੇਸ਼ਵਰ ਦੇ ਲਈ ਮਹਿਮਾ ਕਰ ਸਕੀਏ। ਉਹਨੇ ਇਸ਼ਕ ਇੱਦਾਂ ਦਾ ਕੀਤਾ, ਪਰਮੇਸ਼ਵਰ ਨੇ ਇਸ਼ਕ ਸਾਡੇ ਨਾਲ ਇੱਦਾਂ ਦਾ ਕੀਤਾ ਵੀ ਆਪਣਾ ਬੇਟਾ ਕੁਰਬਾਨ ਕਰ ਦਿੱਤਾ। ਅੱਜ ਲੋਕ ਵਿਆਹ ਦੇ ਵਿੱਚ ਕਹਿੰਦੇ ਨੇ, ਪਿਆਰ ਦੇ ਵਿੱਚ ਕਹਿੰਦੇ ਨੇ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਕੁੜੀਆਂ ਮੁੰਡੇ ਪਿਆਰ ਕਰਦੇ ਨੇ, ਕਹਿੰਦੇ ਨੇ ਮੈਂ ਤੇਰੇ ਲਈ ਤਾਰੇ ਤੋੜ ਕੇ ਲਿਆਊਂਗਾ, ਮੈਂ ਤੇਰੇ ਲਈ ਆਹ ਕਰ ਦੂੰਗਾ। ਵਿਆਹ ਤੋਂ ਬਾਅਦ ਉਹ ਸਬਜ਼ੀ ਲੈਣ ਵੀ ਨਹੀਂ ਜਾਂਦੇ। ਜਿਹੜੇ ਕਹਿੰਦੇ ਨੇ ਮੈਂ ਤੈਨੂੰ ਘਰੋਂ ਦਲਾ ਕੇ ਲੈ ਜਾਊਂਗਾ, ਮੈਂ ਤੇਰੇ ਲਈ ਸਭ ਕੁਝ ਛੱਡ ਦੂੰਗਾ, ਉਹ ਕਹਿੰਦੇ ਘਰ ਵਾਲੀ ਨੂੰ ਨਾ ਗਰਲਫ੍ਰੈਂਡ ਨੂੰ ਜਦੋਂ ਵਿਆਹ ਤੋਂ ਬਾਅਦ ਬੁਖਾਰ ਵੀ ਚੜ ਜਾਵੇ ਦਵਾਈ ਲੈਣ ਨਹੀਂ ਜਾਂਦੇ। ਇੱਦਾਂ ਦੇ ਝੂਠੇ ਪਿਆਰ ਤੋਂ ਬਚੋ, ਕਿਉਂਕਿ ਖੁਦਾਵੰਦ ਦੇ ਕਲਾਮ 'ਚ ਲਿਖਿਆ ਨੌਜਵਾਨ ਭੈਣ ਅਤੇ ਭਾਈਆਂ ਦੇ ਲਈ, ਪਰਮੇਸ਼ੁਰ ਦੇ ਵਚਨ ਦੇ ਵਿੱਚ ਲਿਖਿਆ ਹੈ ਜਵਾਨ ਆਪਣੀ ਜਵਾਨੀ ਦੇ ਦਿਨ ਆਪਣੇ ਕਰਤਾਰ ਨੂੰ ਚੇਤੇ ਕਰ, ਆਪਣੇ ਪ੍ਰਭੂ ਦਾ ਸਿਮਰਨ ਕਰ, ਆਪਣੇ ਪਰਮੇਸ਼ਵਰ ਨੂੰ ਚੇਤੇ ਕਰ। ਤੇ ਅੱਜ ਦੇ ਨੌਜਵਾਨ ਪਰਮੇਸ਼ਵਰ ਨੂੰ ਘੱਟ ਤੇ ਆਪਣੀਆਂ ਸਹੇਲੀਆਂ ਨੂੰ ਤਾਂ ਆਪਣੇ ਦੋਸਤਾਂ ਨੂੰ ਜ਼ਿਆਦਾ ਚੇਤੇ ਕਰਕੇ ਰੱਖਦੇ ਨੇ। ਮੋਬਾਈਲ ਦੇ ਵਿੱਚ ਨੰਬਰਾਂ ਦੇ ਉੱਤੇ ਜਾਨੂ ਲਿਖਿਆ ਹੋਇਆ ਨੇ, ਮਾਈ ਸਵੀਟ ਮਾਈ ਹਾਰਟ ਲਿਖਿਆ ਹੋਇਆ, ਤਾਂ ਉਹ ਦਿਲ ਦੇ ਵਿੱਚ ਵੀ ਯਿਸੂ ਮਸੀਹ ਨੂੰ ਲਿਖ ਕੇ ਰੱਖੋ, ਯਿਸੂ ਮਸੀਹ ਨੂੰ ਵੀ ਦਿਲ ਦੇ ਵਿੱਚ ਜਗ੍ਹਾ ਦਿਓ। ਇਹ ਦੁਨਿਆਵੀ ਪਿਆਰ ਤੋਂ ਭੱਜੋ, ਜਿਹੜਾ ਵੈਲੈਂਟਾਈਨ ਡੇ ਆ ਕੋਈ ਫਾਇਦਾ ਨਹੀਂ ਆ, ਕਿਉਂਕਿ ਖੁਦਾਵੰਦ ਦੇ ਕਲਾਮ 'ਚ ਲਿਖਿਆ ਰੂਮੀਆਂ 12 ਭਾਗ ਦੀ 2 ਐਤ, ਇਸ ਜੱਗ ਦੇ ਰੂਪ ਜਿਹੇ ਨਾ ਬਣੋ, ਦਿਨ ਪ੍ਰਤੀ ਦਿਨ ਹੋਰ ਸਰੂਪ ਵਿੱਚ ਬਦਲਦੇ ਜਾਓ, ਆਪਣੇ ਆਪ ਨੂੰ ਬਦਲੋ। ਕਿਉਂਕਿ ਤੁਹਾਡਾ ਦੇਖੋ ਪਰਮੇਸ਼ਵਰ ਦੇ ਨਾਲ ਜਦੋਂ ਇਨਕਾਊਂਟਰ ਹੋ ਗਿਆ ਨਾ, ਜਦੋਂ ਤੁਹਾਡਾ ਪਿਆਰ ਪਰਮੇਸ਼ਵਰ ਨਾਲ ਹੋ ਗਿਆ ਨਾ, ਜਿਹਨੂੰ ਇਸ਼ਕ ਖੁਦਾ ਨਾਲ ਹੋ ਜਾਂਦਾ ਵਾ, ਉਹ ਫਿਰ ਦੁਨੀਆਦਾਰੀ ਵਾਲਾ ਇਸ਼ਕ ਨਹੀਂ ਕਰਦਾ। ਫਿਰ ਜਿਹਨੂੰ ਪਿਆਰ ਹੀ ਹੋ ਜਾਂਦਾ ਨਾ, ਫਿਰ ਦੂਜੇ ਬੰਦੇ ਨਾਲ ਪਿਆਰ ਨਹੀਂ ਕਰਦਾ। ਸਾਨੂੰ ਜਦੋਂ ਪਿਆਰ ਹੀ ਯਿਸੂ ਮਸੀਹ ਨਾਲ ਹੋ ਗਿਆ, ਤਾਂ ਦੁਨੀਆ ਦਾ ਪਿਆਰ ਕੀ ਸਾਡੇ ਸਾਹਮਣੇ, ਦੁਨੀਆ ਦਾ ਇਸ਼ਕ ਕੀ ਆ ਸਾਡੇ ਸਾਹਮਣੇ? ਸਾਨੂੰ ਇਸ਼ਕ ਹੀ ਯਿਸੂ ਮਸੀਹ ਨਾਲ ਹੋ ਗਿਆ, ਯਿਸੂ ਮਸੀਹ ਨੂੰ ਸਾਡੇ ਨਾਲ ਇਸ਼ਕ ਹੋਇਆ ਤਾਂ ਸਾਨੂੰ ਉਹਦੇ ਨਾਲ ਹੋਇਆ। ਤੇ ਪਿਆਰ ਦੇ ਅੱਗੇ ਦੁਨੀਆ ਵਾਲਾ ਪਿਆਰ ਕੀ ਆ? ਜਿਹੜਾ ਅੱਜ ਦਾ ਪਿਆਰ ਹੈ ਜਿਸਮ ਦੀ ਭੁੱਖ ਆ, ਅੱਜ ਦਾ ਜਿਹੜਾ ਪਿਆਰ ਹੈ ਨਾ ਜਿਸਮ ਦੀ ਭੁੱਖ ਆ, ਇਹ ਪਿਆਰ ਦਾ ਕੋਈ ਫਾਇਦਾ ਨਹੀਂ ਆ ਦੋਸਤੋ। ਜਿਹੜਾ ਅਸਲੀ ਪਿਆਰ ਹੈ ਯਿਸੂ ਮਸੀਹ ਦਾ, ਕਿਉਂਕਿ ਬਾਈਬਲ 'ਚ ਲਿਖਿਆ ਹਿਬਰੀਆ 6 ਭਾਗ, ਉਹਦੇ ਅੰਦਰ ਲਿਖਿਆ ਹੈ ਬਾਲਕੋ ਆਪਣੇ ਮਾਂ ਬਾਪ ਦੇ ਅਧੀਨ ਰਹੋ, ਆਪਣੇ ਮਾਂ ਬਾਪ ਦੀ ਆਦਰ ਕਰੋ ਵੀ ਧਰਤੀ ਉੱਤੇ ਤੁਹਾਡੀ ਉਮਰ ਲੰਬੀ ਹੋਵੇ। ਤੇ ਅੱਜ ਦੇ ਬੱਚੇ ਪਿਆਰ ਦੇ ਇਹ ਜਿਹੜਾ ਝੂਠੇ ਪਿਆਰ ਦੇ ਅੰਦਰ ਚੱਕਰਾਂ ਦੇ ਵਿੱਚ ਨਾ, ਮਾਂ ਬਾਪ ਦੀ ਰਿਸਪੈਕਟ ਭੁੱਲ ਚੁੱਕੇ ਆ। ਇਹ ਵੈਲੈਂਟਾਈਨ ਡੇ ਦੀ ਵਜ੍ਹਾ ਨਾਲ ਮਾਂ ਪਿਓ ਦੀ ਅਸੀਂ ਰਿਸਪੈਕਟ ਭੁੱਲ ਚੁੱਕੇ ਹਾਂ, ਇੱਜ਼ਤ ਨੂੰ ਅਸੀਂ ਖਰਾਬ ਕਰਦੇ ਹਾਂ। ਹੁਣ ਜਿਹੜੀ ਬੇਟੀ ਘਰੋਂ ਕਹਿ ਕੇ ਨਿਕਲੀ ਮੰਮੀ ਮੈਂ ਡਿਊਟੀ 'ਤੇ ਜਾ ਰਹੀ ਹਾਂ, ਜੌਬ 'ਤੇ ਜਾ ਰਹੀ ਹਾਂ, ਉਹ ਰਾਸਤੇ ਵਿੱਚ ਰੁਕੀ ਹੋਈ ਹੈ ਕਿਤੇ ਨਾ ਕਿਤੇ ਆਪਣੇ ਬੁਆਏਫ੍ਰੈਂਡ ਦੇ ਨਾਲ ਜਾਂ ਕਿਸੇ ਵੀ ਜਗ੍ਹਾ 'ਤੇ, ਇਹ ਖੁਦਾਵੰਦ ਦੀ ਬੇਅਦਬੀ ਹੋ ਰਹੀ ਹੈ ਉਹਨਾਂ ਮਸੀਹ ਭੈਣਾਂ ਭਾਈਆਂ ਦੇ ਲਈ। ਮੈਂ ਦੱਸ ਰਿਹਾ ਜਿਹੜੇ ਕਹਿੰਦੇ ਨੇ ਅਸੀਂ ਯਿਸੂ ਮਸੀਹ ਨੂੰ ਮੰਨਦੇ ਹਾਂ, ਕਲਾਮ ਪੜ੍ਹਦੇ ਹਾਂ, ਸੰਡੇ ਜਾਂਦੇ ਹਾਂ, ਵਰਸ਼ਿਪ ਕਰਦੇ ਹਾਂ, ਅਸੀਂ ਚਰਚ ਵਿੱਚ ਵਲੰਟੀਅਰ ਹਾਂ, ਅਸੀਂ ਚਰਚ ਵਿੱਚ ਸੇਵਾਦਾਰ ਹਾਂ, ਅਸੀਂ ਚਰਚ ਵਿੱਚ ਆਹ ਡਿਊਟੀ ਕਰ ਰਹੇ ਹਾਂ, ਅਸੀਂ ਚਰਚ ਵਿੱਚ ਸਿਕਿਉਰਿਟੀ ਗਾਰਡ ਹਾਂ, ਅਸੀਂ ਚਰਚ ਵਿੱਚ ਕੁਆਇਰ ਹਾਂ, ਪਰ ਕੰਮ ਅਸੀਂ ਦੁਨੀਆ ਵਾਲੇ ਕਰ ਰਹੇ ਹਾਂ, ਪਿਆਰ ਸਾਨੂੰ ਦੁਨੀਆ ਦੇ ਨਾਲ ਹੋਇਆ ਹੋਇਆ। ਤਾਂ ਯਿਸੂ ਮਸੀਹ ਨੇ ਫਿਰ ਇਹ ਗੱਲ ਕਹੀ ਸੀਗੀ, ਸੁਣੋ ਖੁਦਾਵੰਦ ਕੀ ਕਹਿੰਦਾ, ਕਹਿੰਦਾ ਸੰਸਾਰ ਦੀ ਮਿੱਤਰਤਾ ਪਰਮੇਸ਼ਵਰ ਦੇ ਨਾਲ ਵੈਰ ਆ। ਜਿਹੜੇ ਲੋਕੀ ਸੰਸਾਰ ਨਾਲ ਦੋਸਤੀ ਕਰਦੇ ਨੇ ਖੁਦਾਵੰਦ ਨਾਲ ਦੁਸ਼ਮਣੀ ਕਰਦੇ ਨੇ, ਤੇ ਜਿਹੜੇ ਖੁਦਾਵੰਦ ਨਾਲ ਇਸ਼ਕ ਕਰਦੇ ਨੇ ਤੇ ਦੁਨੀਆ ਨਾਲ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਹਾਲੇਲੂਇਆ। ਤੇ ਇਸ ਲਈ ਮੇਰੇ ਭੈਣਾਂ ਤੇ ਭਰਾਓ, ਸੱਚਾ ਪਿਆਰ ਯਿਸੂ ਮਸੀਹ ਨੇ ਕੀਤਾ, ਪਰਮੇਸ਼ਵਰ ਨੇ ਕੀਤਾ, ਆਪਣਾ ਪੁੱਤਰ ਸਾਡੇ ਲਈ ਦੇ ਦਿੱਤਾ। ਤੇ ਅੱਜ ਤੁਹਾਡੀ ਵਾਰੀ ਆ ਪਿਆਰ ਨੂੰ ਸਾਬਤ ਕਰਨ ਦੇ ਲਈ। ਜਦੋਂ ਅਸੀਂ ਪਿਆਰ ਨੂੰ ਸਾਬਤ ਕਰਦੇ ਨਾ, ਕਹਿੰਦੇ ਦੱਸ ਮੈਂ ਤੇਰੇ ਲਈ ਕੀ ਕਰਾਂ, ਜੇ ਤੈਨੂੰ ਪਤਾ ਲੱਗੇ ਹਾਂ ਵੀ ਮੈਂ ਤੈਨੂੰ ਪਿਆਰ ਕਰਦਾ, ਪਿਆਰ ਸਾਬਤ ਕਰਨ ਲਈ ਕੀ ਕਰ ਸਕਦੇ ਹੋ ਤੁਸੀਂ? ਤੇ ਏਦਾਂ ਯਿਸੂ ਮਸੀਹ ਨੂੰ ਪਿਆਰ ਸਾਬਤ ਕਰਕੇ ਦਿਖਾਓ, ਪ੍ਰਭੂ ਯਿਸੂ ਮਸੀਹ ਜੀ ਤੇਰੇ ਲਈ ਮੈਂ ਦੁਨੀਆ ਦਾ ਪਿਆਰ ਛੱਡ ਸਕਦਾ, ਮੈਂ ਆਪਣਾ 7 ਸਾਲ ਦਾ ਪਿਆਰ ਛੱਡ ਸਕਦਾ, 2 ਸਾਲ ਦਾ ਪਿਆਰ ਛੱਡ ਸਕਦਾ, ਇਸ਼ਕ ਛੱਡ ਸਕਦਾ, ਨਸ਼ਾ ਛੱਡ ਸਕਦਾ ਵਾਂ, ਇਹ ਦੁਨੀਆ ਦਾ ਧਨ ਦੌਲਤਾਂ ਲੋਭ ਮਾਇਆ ਛੱਡ ਸਕਦਾ। ਇਹ ਕੁਰਬਾਨੀ ਦੇਵੋ ਯਿਸੂ ਮਸੀਹ ਦੇ ਸਾਹਮਣੇ, ਆਪਣੇ ਪਿਆਰ ਦਾ ਕੁਰਬਾਨ ਕਰੋ ਆਪਣੇ ਪਿਆਰ ਦੇ ਸਾਹਮਣੇ, ਯਿਸੂ ਮਸੀਹ ਦੇ ਸਾਹਮਣੇ ਵੀ ਯਿਸੂ ਮਸੀਹ ਜੀ ਤੇਰੇ ਪਿਆਰ ਦੇ ਵਿੱਚ ਮੈਂ ਚੀਜ਼ਾਂ ਛੱਡਦਾ। ਮਾਂ ਬਾਪ ਨੂੰ ਛੱਡਣ ਲਈ ਤਿਆਰ ਹੋ ਜਾਂਦੇ ਹਾਂ ਪਿਆਰ ਦਾ ਕਰਕੇ, 2 ਮਹੀਨੇ ਦਾ ਪਿਆਰ, 4 ਮਹੀਨੇ ਦਾ ਪਿਆਰ, 6 ਸਾਲ ਦੇ ਪਿਆਰ ਦੇ ਪਿੱਛੇ। ਤਾਂ ਕਦੀ ਅਸੀਂ ਸੰਸਾਰ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਹੈ, ਦੁਨੀਆਦਾਰੀ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਹੈ, ਉਸ ਗਰਲਫ੍ਰੈਂਡ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਿਹਦੀ ਵਜ੍ਹਾ ਨਾਲ ਤੇਰਾ ਆਤਮਿਕ ਲੈਵਲ ਨਹੀਂ ਵੱਧਦਾ, ਉਹ ਦੁਨਿਆਵੀ ਕੰਮਾਂ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਿਹਦੀ ਵਜ੍ਹਾ ਨਾਲ ਤੇਰੀ ਜ਼ਿੰਦਗੀ ਦੇ ਵਿੱਚ ਚਮਤਕਾਰ ਨਹੀਂ ਹੋ ਰਿਹਾ, ਬਲੈਸਿੰਗ ਨਹੀਂ ਆ ਰਹੀ। ਇਹ ਅੱਜ ਦੇ ਦੇਖੋ ਪਰਮੇਸ਼ਵਰ ਦੇ ਕਲਾਮ 'ਚ ਲਿਖਿਆ ਹੈ ਜਵਾਨ, ਜਵਾਨੀ ਦੇ ਦਿਨ ਆਪਣੇ ਮਾਲਕ ਨੂੰ ਆਪਣੇ ਪਰਮੇਸ਼ਵਰ ਨੂੰ ਚੇਤੇ ਕਰ। ਅੱਜ ਦੇਖੋ ਖੁਦਾਵੰਦ ਕਹਿੰਦਾ ਹੈ ਜਵਾਨ, ਜਵਾਨੀ ਦੇ ਦਿਨ ਮੌਜ ਕਰ, ਪਰ ਕਹਿੰਦਾ ਤੇ ਤੋਂ ਹਰੇਕ ਚੀਜ਼ ਦਾ ਹਿਸਾਬ ਲਿਆ ਜਾਊਗਾ।
ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੌਜਾਂ ਕਰੋ ਪਰ ਗਲਤ ਕੰਮ ਚ ਨਾ ਕਰੋ ਖੁਦਾਵੰਦ ਦੀ ਪ੍ਰੈਜ਼ੈਂਸ ਚ ਮੌਜ ਕਰੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਮੌਜ ਕਰੋ ਤੇ ਆਪਣੇ ਦਿਨਾਂ ਦੇ ਵਿੱਚ ਜਿਹੜੀ ਜਵਾਨੀ ਦੇ ਦਿਨ ਹੈ ਨਾ ਜਿਹੜੇ ਜਿੱਦਾਂ ਮੇਰੀ ਏਜ ਆ 30 ਈਅਰ ਓਲਡ ਇਸ ਏਜ ਵਿੱਚ ਜੇ ਤੁਸੀਂ ਖੁਦਾਵੰਦ ਦੀ ਮਹਿਮਾ ਕਰੋਗੇ ਨਾ ਤਾਂ ਪਰਮੇਸ਼ਵਰ ਬੁਢਾਪੇ ਵਿੱਚ ਸੁੱਖ ਦਊਗਾ ਹਾਲੇਲੂਇਆ ਸਵਰਗ ਦੇ ਵਿੱਚ ਸਦੀਪਕ ਜੀਵਨ ਮਿਲੂਗਾ ਹਾਲੇਲੂਇਆ ਤੇ ਦੁਨਿਆਵੀ ਪਿਆਰ ਨੂੰ ਛੱਡ ਦਿਓ ਜਿਹੜਾ ਵੈਲੈਂਟਾਈਨ ਡੇ ਮਨਾਉਂਦੇ ਫਿਰਦੇ ਹੋ ਕਿਸ ਡੇ ਹਰ ਡੇ ਹੋਰ ਕਈ ਡੇ ਮਨਾਉਂਦੇ ਆ ਰੋਜ਼ ਡੇ ਹੋ ਗਿਆ ਚਾਕਲੇਟ ਡੇ ਹੋ ਗਿਆ ਇਹ ਚੀਜ਼ ਡੇਆਂ ਤੋਂ ਬਾਹਰ ਆ ਕੇ ਪ੍ਰੇਅਰ ਡੇ ਦੇ ਵਿੱਚ ਜਾਓ ਫਾਸਟਿੰਗ ਡੇ ਦੇ ਵਿੱਚ ਜਾਓ ਜੀਸਸ ਡੇ ਦੇ ਵਿੱਚ ਜਾਓ ਸਰਮਨਸ ਡੇ ਦੇ ਵਿੱਚ ਜਾਓ ਤਾਂ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਹੋਲੀਨੈਸ ਡੇ ਆ ਜਾਊਗਾ ਹਾਲੇਲੂਇਆ ਪਵਿੱਤਰਤਾ ਹੀ ਆ ਜਾਊਗੀ ਤਾਂ ਲੋਕ ਤੁਹਾਨੂੰ ਸਲੂਟ ਕਰਨਗੇ ਕਹਿੰਦੇ ਯਾਰ ਇਸ਼ਕ ਕਰਨਾ ਤੇ ਏਦਾਂ ਦਾ ਕਰੋ ਦਾਊਦ ਵਰਗਾ ਇਸ਼ਕ ਕਰੋ ਜਿਹਨੇ ਖੁਦਾਵੰਦ ਨਾਲ ਇਸ਼ਕ ਏਦਾਂ ਦਾ ਕੀਤਾ ਦੁਨੀਆ ਦਾ ਇਸ਼ਕ ਭੁੱਲ ਗਿਆ ਇਸ਼ਕ ਕਰਨਾ ਤਾਂ ਸੁਲੇਮਾਨ ਵਰਗਾ ਇਸ਼ਕ ਕਰੋ ਇਸ਼ਕ ਕਰਨਾ ਤਾਂ ਖੁਦਾਵੰਦ ਦੇ ਚੇਲੇ ਪੌਲ ਇਸ਼ਕ ਪੌਲ ਵਰਗਾ ਇਸ਼ਕ ਕਰੋ ਜਿਹਨੇ ਪਹਿਲੂਸ ਨੇ ਇਸ਼ਕ ਏਦਾਂ ਦਾ ਕੀਤਾ ਪਤਰਸ ਨੇ ਇਸ਼ਕ ਕੀਤਾ ਪੁੱਠੀ ਸਲੀਬ ਲੈ ਲਈ ਤੇ ਜੇ ਮੇਰੇ ਵਰਗਾ ਇਸ਼ਕ ਕਰਨਾ ਖੁਦਾਵੰਦ ਯਿਸੂ ਮਸੀਹ ਦੇ ਨਾਲ ਤੇ ਬੱਚੇ ਚਾਹੇ ਘਰ ਪਰਿਵਾਰ ਬਿਮਾਰੀ ਵਿੱਚ ਵੀ ਹੋਵੇ ਤਾਂ ਯਿਸੂ ਮਸੀਹ ਨੂੰ ਪਹਿਲਾ ਸਥਾਨ ਦਊਂਗਾ ਪਹਿਲ ਯਿਸੂ ਮਸੀਹ ਨੂੰ ਦਊਂਗਾ ਜਿਹਦੇ ਨਾਲ ਮੁਲਾਕਾਤ ਕਰਨੀ ਆ ਮੂਸਾ ਨੇ ਇਸ਼ਕ ਖੁਦਾਵੰਦ ਨਾਲ ਕੀਤਾ ਤੇ ਅੱਜ ਤੁਹਾਡਾ ਇਸ਼ਕ ਕਿੱਦਾਂ ਦਾ ਵਾ ਇਹ ਦੁਨੀਆ ਵਾਲਾ ਇਸ਼ਕ ਹੈ ਜਿਹੜੇ ਝੂਠ ਬੋਲ ਕੇ ਘਰੋਂ ਮਾਂ ਬਾਪ ਨੂੰ ਅਸੀਂ ਪਾਰਕਾਂ 'ਚ ਮਿਲਦੇ ਫਿਰਦੇ ਹਾਂ ਇਹ ਕਿਹੜਾ ਇਸ਼ਕ ਆ ਇਹ ਦੁਨਿਆਵੀ ਇਸ਼ਕ ਹੈ ਜਿਸਮ ਵੀ ਭੁੱਖਿਆ ਇਹ ਜਿਸਕ ਛੱਡ ਕੇ ਯਿਸੂ ਮਸੀਹ ਨਾਲ ਇਸ਼ਕ ਕਰੋ ਜਿਹੜੀ ਰੂਹਾਨੀ ਰੂਹਾਨੀ ਭੁੱਖਿਆ ਉਹ ਵਧੂਗੀ ਤੁਹਾਡੀ ਰੂਹਾਨੀਅਤ ਭੁੱਖ ਵਧੂਗੀ ਤੁਹਾਡੀ ਹੋਲੀਨੈਸ ਵਧੂਗੀ ਪਰਮੇਸ਼ਵਰ ਦੇ ਅੰਦਰ ਪਵਿੱਤਰਤਾ ਹੀ ਵਧੂਗੀ ਤੁਹਾਡੇ ਅੰਦਰ ਖੁਦਾਵੰਦੀ ਤੇ ਮੈਂ ਇਹੀ ਦੱਸਣਾ ਚਾਹੁੰਦਾ ਸੱਚਾ ਪਿਆਰ ਯਿਸੂ ਮਸੀਹ ਨੇ ਕੀਤਾ ਦੁਨੀਆ ਦਾ ਝੂਠਾ ਪਿਆਰ ਆ ਤੇ ਇਹ ਦੇਹ ਵਪਾਰ ਆ ਜਿਹੜਾ ਝੂਠਾ ਪਿਆਰ ਆ ਸੱਚਾ ਇਸ਼ਕ ਖੁਦਾਵੰਦ ਯਿਸੂ ਮਸੀਹ ਨੇ ਕੀਤਾ ਪਰਮੇਸ਼ਵਰ ਨੇ ਕੀਤਾ ਆਦਮ ਦੇ ਨਾਲ ਔਰਤ ਦੇ ਨਾਲ ਖੁਦਾਵੰਦ ਨੇ ਆਦਮ ਤੇ ਔਰਤ ਨੂੰ ਬਣਾਇਆ ਤੇ ਪਿਆਰ ਦੇ ਲਈ ਬਣਾਇਆ ਤੇ ਅੱਜ ਸਾਨੂੰ ਪਰਮੇਸ਼ਵਰ ਨੇ ਬਣਾਇਆ ਇਸ਼ਕ ਦੇ ਕਰਕੇ ਪਰਮੇਸ਼ਵਰ ਨੇ ਸਾਡੇ ਨਾਲ ਇਸ਼ਕ ਕੀਤਾ ਵੀ ਅੱਜ ਸਾਡੀ ਵਾਰੀ ਹੈ ਇਸ਼ਕ ਨੂੰ ਜ਼ਾਹਰ ਕਰਨ ਦੀ ਪਿਆਰ ਨੂੰ ਜ਼ਾਹਰ ਕਰਨ ਦੀ ਤੇ ਤੁਸੀਂ ਜ਼ਾਹਰ ਕਰ ਸਕਦੇ ਹੋ ਆਪਣੇ ਪਾਪਾਂ ਤੋਂ ਤੌਬਾ ਕਰਕੇ ਗੁਨਾਹਾਂ ਤੋਂ ਤੌਬਾ ਕਰਕੇ ਦੁਨੀਆਦਾਰੀ ਨੂੰ ਪਿੱਛੇ ਛੱਡ ਕੇ ਪਰਮੇਸ਼ਵਰ ਨੂੰ ਕਹਿੰਦਾ ਪਰਮੇਸ਼ਵਰ ਮੈਂ ਖੁਦਾਵੰਦ ਯਿਸੂ ਮਸੀਹ ਜੀ ਤੇਰੇ ਲਈ ਕੁਰਬਾਨ ਆ ਮੇਰੀ ਸਾਰੀਆਂ ਇੱਛਾਵਾਂ ਗਲਤ ਸੋਚਾਂ ਗਲਤ ਵਿਚਾਰ ਕੁਰਬਾਨ ਕਰਦਾ ਖੁਦਾਵੰਦ ਜੀ ਤੇਰੇ ਅੱਗੇ ਮੈਂ ਆਪਣੇ ਆਪ ਸਰੈਂਡਰ ਕਰਦਾ ਦੇਖੋ ਖੁਦਾਵੰਦ ਦਾ ਇਸ਼ਕ ਤੁਹਾਡੇ ਵਿੱਚ ਬੋਲੇਗਾ ਉਹਦੇ ਰੰਗ ਵਿੱਚ ਰੰਗ ਜਾਊਂਗਾ ਜਿਹੜਾ ਯਿਸੂ ਮਸੀਹ ਦਾ ਰੰਗ ਆ ਤੁਹਾਡੇ ਰੰਗ ਵਿੱਚ ਆ ਜਾਵੇਗਾ ਤੁਹਾਡੇ ਬਲੱਡ ਦੇ ਵਿੱਚ ਆ ਜਾਵੇਗਾ ਔਰ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਇਹ ਦੁਨੀਆ ਵਾਲੇ ਪਿਆਰ ਨੂੰ ਛੱਡ ਦਿਓ ਦੁਨੀਆ ਵਾਲੇ ਸੰਸਾਰ ਨੂੰ ਛੱਡ ਦਿਓ ਕਿਉਂਕਿ ਸੰਸਾਰ ਦੀ ਮਿੱਤਰਤਾ ਪਰਮੇਸ਼ਵਰ ਨਾਲ ਵੈਰ ਆ ਜਿਹੜੇ ਲੋਕ ਸੰਸਾਰ ਨੂੰ ਪਿਆਰ ਕਰਦੇ ਨੇ ਉਹ ਪਰਮੇਸ਼ਵਰ ਨਾਲ ਦੁਸ਼ਮਣੀ ਕਰਦੇ ਨੇ ਜਿਹੜੇ ਪਰਮੇਸ਼ਵਰ ਨੂੰ ਪਿਆਰ ਕਰਦੇ ਨੇ ਸ਼ੈਤਾਨ ਤੁਹਾਡੇ ਕੋਲ ਜਿਹੜੀ ਦੁਨੀਆ ਇੱਕ ਪਾਸੇ ਖੜੀ ਹੋ ਜਾਵੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ ਹਾਲੇਲੂਇਆ ਔਰ ਮੈਂ ਇਹੀ ਦੱਸਣਾ ਚਾਹੁੰਦਾ ਵੀ ਖੁਦਾਵੰਦ ਦੇ ਵਿੱਚ ਵੱਧਦੇ ਜਾਓ ਸੱਚਾ ਪਿਆਰ ਯਿਸੂ ਮਸੀਹ ਨੇ ਕੀਤਾ ਤੇ ਅਸੀਂ ਵੀ ਸੱਚਾ ਪਿਆਰ ਯਿਸੂ ਮਸੀਹ ਨੂੰ ਕਰਨਾ ਕਿਉਂਕਿ ਇਸ ਖੁਦਾਵੰਦ ਨੂੰ ਰੂਹ ਤੇ ਸੱਚਾਈ ਨਾਲ ਚੱਲਣ ਵਾਲੇ ਲੋਕ ਪਸੰਦ ਨੇ ਤੇ ਸਾਨੂੰ ਵੀ ਸੱਚਾ ਪਿਆਰ ਖੁਦਾਵੰਦ ਨਾਲ ਕਰਨਾ ਤੇ ਅਸੀਂ ਜਦੋਂ ਸੱਚਾ ਪਿਆਰ ਕਰਾਂਗੇ ਤੇ ਖੁਦਾਵੰਦ ਵੀ ਸਾਡੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕੰਮ ਕਰੂਗਾ ਬਲੈਸਿੰਗ ਨੂੰ ਭੇਜੂਗਾ ਔਰ ਇੰਨਾ ਕਹਿੰਦਾ ਮੈਂ ਸਾਰਿਆਂ ਨੂੰ ਜੀਐਮਸੀ ਦੀ ਕਹਿੰਦਾ ਵਾਂ ਔਰ ਪਰਮੇਸ਼ਵਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਮੇਰੇ ਬ੍ਰਦਰ ਇਵੈਂਜਲਿਸਟ ਸਾਗਰ ਨੂੰ ਤੁਸੀਂ ਇਸ ਚੈਨਲ ਦੇ ਉੱਤੇ ਯੂਟਿਊਬ ਦੇ ਉੱਤੇ ਦੇਖ ਸਕਦੇ ਹੋ ਔਰ ਤੁਸੀਂ ਇਸ ਚੈਨਲ ਨੂੰ ਵੀ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਗੋਡ ਬਲੈਸ ਯੂ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਆਮੇਨ ਗੋਡ ਬਲੈਸ ਯੂ